ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਸਮ ਆਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ, ਤੇ ਅੱਜ ਮੈਂ ਤੁਹਾਨੂੰ ਇਹ ਵਾਲਾ ਡਿਜ਼ਾਈਨ ਬਣਾਉਣਾ ਦੱਸਾਂਗੀ। ਇਹ ਵਾਲਾ ਡਿਜ਼ਾਈਨ ਜਿਹੜਾ ਹੈ, ਇਸ ਨੂੰ ਤੁਸੀਂ ਮਫਲਰ ਤੇ, ਕਿਸੇ ਸ਼ਾਲ ਤੇ, ਸਕਾਫ ਤੇ ਕਿਤੇ ਵੀ ਬਣਾ ਸਕਦੇ, ਜਾਂ ਤੁਸੀਂ ਇਸ ਡਿਜ਼ਾਈਨ ਨੂੰ ਲੇਡੀਜ਼ ਜੈਕਟ ਤੇ ਵੀ ਬਣਾ ਸਕਦੇ ਜੇ। ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਆ, ਤੇ ਇਹ ਮੈਂ ਬਹੁਤ ਬਰੀਕ ਵੂਲ ਤੇ ਬਣਾਇਆ ਹੋਇਆ ਹੈ, ਇਸ ਕਰਕੇ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਹੈ। ਜੇ ਇਸ ਨੂੰ ਤੁਸੀਂ ਥੋੜੀ ਜਿੰਨੀ ਮੋਟੀ ਵੂਲ ਤੇ ਬਣਾਓਗੇ ਤੇ ਇਹ ਬਹੁਤ ਹੀ ਮੋਟਾ ਮੋਟਾ ਡਿਜ਼ਾਈਨ ਜਿਹੜਾ ਉੱਠ ਕੇ ਆਏਗਾ। ਮੈਂ ਇੱਥੇ ਪਿਕਚਰ ਲਗਾ ਦਾਂਗੀ ਅੱਗੇ ਮੋਟੀ ਵੂਲ ਤੇ ਵੀ ਬਣੇ ਹੋਏ ਦੀ, ਤੇ ਬਹੁਤ ਹੀ ਪਿਆਰਾ ਲੱਗੇਗਾ ਇਹ ਡਿਜ਼ਾਈਨ ਤੇ। ਬਹੁਤ ਹੀ ਸੌਖਾ ਡਿਜ਼ਾਈਨ ਆ, ਸਿਰਫ ਦੋ ਦੋ ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪੈਣੇ ਨੇ ਤੇ ਦੋ ਸਿਲਾਈਆਂ ਦਾ ਹੀ ਡਿਜ਼ਾਈਨ ਆ। ਤੇ ਜਿਸ ਤਰ੍ਹਾਂ ਮੈਂ ਥੱਲਿਓਂ ਇਹ ਡਿਜ਼ਾਈਨ ਇੱਥੋਂ ਨੀਚੇ ਤੋਂ ਸ਼ੁਰੂ ਕੀਤਾ ਹੈ, ਉਸੇ ਤਰ੍ਹਾਂ ਮੈਂ ਤੁਹਾਨੂੰ ਇੱਥੇ ਡਿਜ਼ਾਈਨ ਜਿਹੜਾ ਬਣਾਉਣਾ ਦੱਸ ਦਿੰਦੀ ਹਾਂ। ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਜੇ, ਵੀਡੀਓ ਪਹਿਲੀ ਵਾਰੀ ਵੇਖ ਰਹੇ ਜੇ, ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਜੇ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਵੀ ਲਾਈਕ ਕਰ ਦੇਣਾ। ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਦੇ ਹਾਂ, ਜਿਸ ਤਰ੍ਹਾਂ ਆਪਾਂ ਪਹਿਲੀ ਸਿਲਾਈ ਤੋਂ ਬਣਾਇਆ ਸੀਗਾ। ਬਹੁਤ ਹੀ ਆਸਾਨ ਤਰੀਕੇ ਦੇ ਨਾਲ ਇਹ ਡਿਜ਼ਾਈਨ ਬਣੇਗਾ। ਪਹਿਲਾ ਕੁੰਡਾ ਉਤਾਰ ਲਿਆ, ਫਿਰ ਦੋ ਕੁੰਡੇ ਸਿੱਧੇ, ਇੱਕ ਤੇ ਦੋ, ਦੋ ਕੁੰਡੇ ਸਿੱਧੇ, ਇੱਥੇ ਇੱਕ ਇਸ ਤਰ੍ਹਾਂ ਕਰਕੇ ਜਾਲੀ ਪਾ ਲਾਂਗੇ, ਫਿਰ ਦੋ ਕੁੰਡੇ ਸਿੱਧੇ। ਬਸ ਇਹੀ ਆਪਾਂ ਸਾਰੀ ਸਿਲਾਈ ਦੇ ਵਿੱਚ ਰਿਪੀਟ ਕਰਨਾ ਆ। ਦੋ ਕੁੰਡੇ ਸਿੱਧੇ, ਫਿਰ ਇੱਕ ਜਾਲੀ, ਫਿਰ ਦੋ ਕੁੰਡੇ ਸਿੱਧੇ, ਫਿਰ ਇੱਕ ਜਾਲੀ। ਪੂਰੀ ਸਿਲਾਈ ਜਿਹੜੀ ਆਪਾਂ ਇਸੇ ਤਰ੍ਹਾਂ ਹੀ ਬਣਾਉਂਦੇ ਜਾਣਾ। ਦੋ ਕੁੰਡੇ ਸਿੱਧੇ, ਇੱਕ ਜਾਲੀ ਪਾ ਲਾਂਗੇ, ਫਿਰ ਦੋ ਕੁੰਡੇ ਸਿੱਧੇ, ਫਿਰ ਇੱਕ ਜਾਲੀ ਪਾਵਾਂਗੇ, ਫਿਰ ਦੋ ਕੁੰਡੇ ਸਿੱਧੇ, ਫਿਰ ਇੱਕ ਜਾਲੀ ਪਾਵਾਂਗੇ, ਫਿਰ ਦੋ ਕੁੰਡੇ ਸਿੱਧੇ, ਫਿਰ ਜਾਲੀ ਪਾਵਾਂਗੇ। ਪੂਰੀ ਸਿਲਾਈ ਜਿਹੜੀ ਤੁਸੀਂ ਪਹਿਲੀ ਇਸੇ ਤਰ੍ਹਾਂ ਬਣਾਉਂਦੇ ਜਾਣਾ ਹੈ। ਫਿਰ ਦੋ ਕੁੰਡੇ ਸਿੱਧੇ, ਫਿਰ ਜਾਲੀ ਪਾਵਾਂਗੇ, ਦੋ ਕੁੰਡੇ ਸਿੱਧੇ ਬਣਾਵਾਂਗੇ, ਜਾਲੀ ਪਾਵਾਂਗੇ, ਦੋ ਕੁੰਡੇ ਸਿੱਧੇ ਬਣਾਵਾਂਗੇ। ਲਾਸਟ 'ਤੇ ਤੁਸੀਂ ਇੱਕ ਜਾਲੀ ਜਿਹੜੀ ਉਹ ਜ਼ਰੂਰ ਪਾਉਣੀ ਆ, ਨਹੀਂ ਤਾਂ ਡਿਜ਼ਾਈਨ ਜਿਹੜਾ ਉਹ ਨਹੀਂ ਬਣੇਗਾ। ਲਾਸਟ ਵਾਲਾ ਕੁੰਡਾ ਜਿਹੜਾ ਉਹ ਆਪਾਂ ਸਿੱਧਾ ਬਣਾ ਲਿਆ। ਪਹਿਲੀ ਸਿਲਾਈ ਸਾਡੀ ਬਣ ਗਈ ਡਿਜ਼ਾਈਨ ਦੀ। ਉਲਟੀ ਸਾਈਡ ਤੋਂ ਇਹ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਨਜ਼ਰ ਆਉਂਦਾ ਹੈ। ਉਲਟੀ ਸਾਈਡ ਤੋਂ ਵੀ ਬਹੁਤ ਸੋਹਣਾ ਲੱਗਦਾ ਹੈ ਬਣਿਆ ਹੋਇਆ, ਬਿਲਕੁਲ ਕਰੋਸ਼ੀਏ ਦੇ ਡਿਜ਼ਾਈਨ ਦੀ ਤਰ੍ਹਾਂ ਨਜ਼ਰ ਆਉਂਦਾ ਹੈ। ਹੁਣ ਆਪਾਂ ਆ ਗਏ ਹਾਂ ਡਿਜ਼ਾਈਨ ਦੀ ਦੂਸਰੀ ਸਿਲਾਈ 'ਤੇ। ਪਹਿਲਾ ਕੁੰਡਾ ਉਤਾਰ ਲਿਆ, ਫਿਰ ਧਾਗਾ ਜਿਹੜਾ ਆਪਣਾ ਪਿਛਲੇ ਵਾਲੇ ਪਾਸੇ ਲੈ ਜਾਵਾਂਗੇ, ਅਤੇ ਇਹ ਜਿਹੜਾ ਆਪਾਂ ਵਾਲ ਪਾਇਆ ਹੋਇਆ ਜਾਲੀ ਪਾਈ, ਇਹਨੂੰ ਇਸ ਤਰ੍ਹਾਂ ਕਰਕੇ ਸਲਿੱਪ ਕਰਕੇ ਇੱਧਰ ਵਾਲੀ ਸਿਲਾਈ 'ਤੇ ਤੁਸੀਂ ਲੈ ਆਉਣਾ ਹੈ। ਫਿਰ ਧਾਗਾ ਇੱਧਰ ਵਾਲੀ ਸਾਈਡ ਲੈ ਆਉਣਾ ਹੈ, ਅਤੇ ਦੋ ਕੁੰਡੇ ਉਲਟੇ ਬਣਾ ਲੈਣੇ, ਇੱਕ ਅਤੇ ਦੋ। ਹੁਣ ਇਹ ਜਿਹੜਾ ਜਾਲੀ ਵਾਲਾ ਸਾਡਾ ਕੁੰਡਾ ਸੀ, ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਉੱਪਰੋਂ ਦੀ ਨੀਚੇ ਸੁੱਟ ਦੇਣਾ। ਫਿਰ ਆਪਣਾ ਧਾਗਾ ਪਿਛਲੇ ਪਾਸੇ ਲੈ ਜਾਣਾ ਆਪਾਂ, ਅਤੇ ਇਹ ਵਾਲਾ ਜਿਹੜਾ ਕੁੰਡਾ, ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਸਲਿੱਪ ਕਰ ਲੈਣਾ। ਫਿਰ ਧਾਗਾ ਅਗਲੇ ਵਾਲੇ ਪਾਸੇ ਲੈ ਆਉਣਾ, ਦੋ ਕੁੰਡੇ ਉਲਟੇ ਬਣਾਵਾਂਗੇ, ਇੱਕ ਅਤੇ ਦੋ। ਫਿਰ ਧਾਗਾ ਪਿੱਛੇ ਲੈ ਜਾਵਾਂਗੇ, ਇਹ ਜਿਹੜਾ ਕੁੰਡਾ ਹੈ ਇਹਨੂੰ ਆਪਾਂ ਇਹਨਾਂ ਦੇ ਉੱਪਰੋਂ ਨੀਚੇ ਸੁੱਟ ਦੇਣਾ। ਫਿਰ ਧਾਗਾ ਸਾਡਾ ਪਿੱਛੇ ਰਹੇਗਾ, ਇਹ ਕੁੰਡੇ ਨੂੰ ਇਸ ਤਰ੍ਹਾਂ ਕਰਕੇ ਆਪਾਂ ਸਲਿੱਪ ਕਰ ਲੈਣਾ। ਫਿਰ ਧਾਗੇ ਨੂੰ ਅੱਗੇ ਲਿਆਉਣਾ ਆ, ਫਿਰ ਦੋ ਕੁੰਡੇ ਉਲਟੇ ਬਣਾਉਣੇ ਆ। ਉਲਟੇ ਬਣਾਉਣ ਤੋਂ ਬਾਅਦ ਧਾਗਾ ਫਿਰ ਪਿੱਛੇ ਵਾਲੀ ਸਾਈਡ ਲੈ ਜਾਣਾ, ਅਤੇ ਇਹ ਜਿਹੜਾ ਕੁੰਡਾ ਜਿਹੜਾ ਵਾਲ ਵਾਲਾ ਸੀ ਸਾਡਾ, ਇਹਨੂੰ ਆਪਾਂ ਦੋ ਕੁੰਡਿਆਂ ਦੇ ਉੱਪਰੋਂ ਨੀਚੇ ਸੁੱਟ ਦੇਣਾ। ਫਿਰ ਧਾਗਾ ਪਿੱਛੇ ਰਹੇਗਾ, ਇਹ ਵਾਲ ਉਤਾਰ ਕੇ ਇੱਧਰ ਵਾਲੀ ਸਾਈਡ 'ਤੇ ਕਰ ਲੈਣਾ ਬਿਨਾਂ ਬੁਣੇ। ਫਿਰ ਧਾਗਾ ਅੱਗੇ ਲੈ ਆਉਣਾ, ਦੋ ਕੁੰਡੇ ਉਲਟੇ, ਧਾਗਾ ਪਿੱਛੇ, ਇਹ ਵਾਲਾ ਕੁੰਡਾ ਜਿਹੜਾ ਉੱਪਰੋਂ ਦੀ ਨੀਚੇ ਸੁੱਟ ਦੇਣਾ। ਫਿਰ ਇੱਧਰ ਵਾਲੇ ਕੁੰਡੇ ਨੂੰ ਸਲਿੱਪ ਕਰਨਾ, ਫਿਰ ਧਾਗਾ ਅੱਗੇ ਲਿਆਉਣਾ, ਫਿਰ ਦੋ ਕੁੰਡੇ ਉਲਟੇ, ਧਾਗਾ ਪਿੱਛੇ, ਇਹ ਜਿਹੜਾ ਸਲਿੱਪ ਕੀਤਾ ਕੁੰਡਾ ਹੈ ਇਹਨੂੰ ਇਹਦੇ ਉੱਪਰੋਂ ਨੀਚੇ ਸੁੱਟ ਦੇਣਾ। ਬਹੁਤ ਹੀ ਆਸਾਨੀ ਦੇ ਨਾਲ ਡਿਜ਼ਾਈਨ ਬਣਦਾ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਆਪਾਂ ਸਾਰਾ ਡਿਜ਼ਾਈਨ ਜਿਹੜਾ ਆਪਣਾ ਬਣਾਉਂਦੇ ਜਾਣਾ ਹੈ। ਪੂਰੀ ਸਿਲਾਈ ਜਿਹੜੀ ਆਪਾਂ ਦੂਸਰੀ ਸਿਲਾਈ ਹੈ ਡਿਜ਼ਾਈਨ ਦੀ, ਉਹ ਇਸ ਤਰ੍ਹਾਂ ਬਣਾਉਣੀ ਹੈ। ਇੱਕ ਕੁੰਡੇ ਨੂੰ ਸਲਿੱਪ ਕਰ ਲੈਣਾ ਆ, ਅਤੇ ਦੋ ਕੁੰਡਿਆਂ ਨੂੰ ਉਲਟਾ ਆਣ ਕੇ ਸਲਿੱਪ ਕੁੰਡੇ ਨੂੰ ਉਹਦੇ ਉੱਪਰੋਂ ਉਤਾਰ ਦੇਣਾ। ਫਿਰ ਇੱਕ ਕੁੰਡੇ ਨੂੰ ਸਲਿੱਪ ਕਰ ਲੈਣਾ, ਧਾਗਾ ਫਿਰ ਆਪਣੀ ਵਾਲੀ ਸਾਈਡ ਲਿਆਉਣਾ। ਪਹਿਲਾਂ ਧਾਗਾ ਜਿਹੜਾ ਦੂਸਰੀ ਸਾਈਡ ਹੀ ਰਹੇਗਾ।
ਬਹੁਤ ਆਸਾਨ ਤਰੀਕੇ ਦੇ ਨਾਲ ਇਹ ਡਿਜ਼ਾਈਨ ਬਣ ਜਾਂਦਾ ਹੈ। ਤੁਸੀਂ ਇਸ ਨੂੰ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਜੇ ਤੁਸੀਂ ਥੋੜੀ ਮੋਟੀ ਵੂਲ ਲਓ ਤੇ ਲੇਡੀਜ਼ ਜੈਕਟ ਤੇ ਵੀ ਇਸ ਨੂੰ ਬਣਾ ਸਕਦੇ ਜੇ, ਫਰੋਕ ਤੇ ਵੀ ਬਣਾ ਸਕਦੇ ਜੇ। ਇਸ ਤਰੀਕੇ ਦੇ ਨਾਲ ਆਪਾਂ ਆਪਣੀ ਪੂਰੀ ਸਿਲਾਈ ਜਿਹੜੀ ਆ ਉਹ ਕੰਪਲੀਟ ਕਰ ਲੈਣੀ ਹੈ। ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਉਲਟਾ ਬਣਾਵਾਂਗੇ। ਇਹ ਸਾਡੀਆਂ ਡਿਜ਼ਾਈਨ ਦੀਆਂ ਦੋਵੇਂ ਸਿਲਾਈਆਂ ਬਣ ਗਈਆਂ। ਬਸ ਇਹੀ ਦੋ ਸਿਲਾਈਆਂ ਅਸੀਂ ਬਾਰ ਬਾਰ ਬਣਾਉਣੀਆਂ ਹੈ ਅਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਜਾਣਾ ਹੈ। ਜੇ ਤੁਸੀਂ ਮੋਟੀ ਵੂਲ 'ਤੇ ਡਿਜ਼ਾਈਨ ਬਣਾਓਗੇ ਤਾਂ ਡਿਜ਼ਾਈਨ ਜਿਹੜਾ ਇਸ ਤਰੀਕੇ ਦਾ ਲੱਗੇਗਾ। ਬਹੁਤ ਹੀ ਪਿਆਰਾ ਡਿਜ਼ਾਈਨ ਆ। ਜੇਕਰ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।